ਆਪਾਂ ਇੱਕ ਰਹਿੰਦੀ ਗੱਲ ਕਰਦੇ ਪਏ ਸੀਗੇ ਕਿ ਕੁਝ ਪੰਥਕ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚ ਗਏ ਆ ਅੱਛਾ ਇਹ ਮੰਗ ਪੱਤਰ ਲੈ ਕੇ ਕਿ ਭਾਈ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਜਾਵੇ ਕਿਉਂਕਿ ਹੁਣ ਵੱਡੇ ਬਾਦਲ ਸਾਹਿਬ ਤੇ ਰਹਿ ਨਹੀਂ ਆ ਹਾਂਜੀ ਪਰ ਇਸ ਤੋਂ ਵੀ ਇੱਕ ਚੀਜ਼ ਜਿਹੜੀ ਆ ਵੱਡੀ ਆ ਇਸ ਮਾਮਲੇ 'ਚ ਇਹ ਤਾਂ ਚਲੋ ਪੰਥਕ ਰਾਜਨੀਤੀ ਵੀ ਇਸ ਤਰ੍ਹਾਂ ਹੀ ਚੱਲਦੀ ਆ ਨਾ ਇੱਕ ਦੂਜੇ ਨੂੰ ਠੱਬੀਆਂ ਮਾਰਨ ਵਾਲੀ ਕਿ ਉਹ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਝੂਠੀ ਸੌਹ ਦੇ ਮਾਮਲੇ 'ਚ ਨਹੀਂ ਇਹ ਤਲਬ ਕਰ ਸਕੇ ਕਿ ਗੁਟਕਾ ਸਾਹਿਬ ਦੀ ਸੌਹ ਚੁੱਕੀ ਆ ਉਹ ਕਹਿੰਦੇ ਕਿ ਪਤਿਤ ਨੂੰ ਤੇ ਅਸੀਂ ਸਾਦੀ ਨਹੀਂ ਸਕਦੇ ਜੀ ਤਲਬ ਹੀ ਨਹੀਂ ਕਰ ਸਕਦੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾ ਸਕਦਾ ਉਹ ਜਵਾਬ ਮੈਂ ਤੇ ਕਹਿੰਦਾ ਕਿ ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਜੀ ਅਕਾਲੀ ਦਲ ਨੂੰ ਘੱਟੋ-ਘੱਟ ਇਸ ਗੱਲ ਤੇ ਜਵਾਬ ਹੁਣ ਜਦੋਂ ਐਸਜੀਪੀਸੀ ਨੂੰ ਜਵਾਬ ਦੇਣਾ ਪੈ ਗਿਆ ਨਾ ਐਸਜੀਪੀਸੀ ਤਾਂ ਫਸ ਗਈ ਉਹ ਸੈਕਟਰੀ ਸਾਹਿਬ ਨੂੰ ਆਪਣੇ ਪੱਧਰ ਤੇ ਸਫਾਈ ਵੀ ਦੇਣੀ ਪਈ ਜੀ ਪਰ ਤੁਸੀਂ ਗਵਰਨੈਂਸ ਕੀਤੀ ਆ ਜਿੰਨੇ ਸਾਲ ਤੱਕ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਤੁਸੀਂ ਵੀ ਦੱਸੋ ਕਿ ਕਿੱਥੇ ਕੋਤਾਈ ਹੋਈ ਆ ਭਾਈ ਗੱਲ ਤੁਹਾਡੀ ਠੀਕ ਹੈ ਜੀ ਅੱਜ ਮੈਂ ਸੁਖਬੀਰ ਸਿੰਘ ਬਾਲ ਦੀ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਦੇ ਵਿੱਚ ਕੋ ਗੱਲ ਹੀ ਨਹੀਂ ਹੋਈ ਚਾਹੀਦੀ ਸੀ ਕਿ ਆਪਣੇ ਲੈਵਲ ਤੇ ਸੁਆਪ ਕੀਤਾ ਜਾਂਦਾ ਜਾਂ ਜੇ ਨਹੀਂ ਤਾਂ ਆਪਣੇ ਪੱਧਰ ਤੇ ਵੀ ਕਹਿ ਸਕਦੇ ਸੀਗੇ ਕਿ ਭਾਈ ਸਾਨੂੰ ਇਸ ਗਲਤੀ ਭਾਈ ਖਿਮਾ ਯਾchna ਜੀ ਭਾਈ ਆ ਕੁਛ ਅਸੀਂ ਕਰਨਾ ਸੀਗਾ ਨਹੀਂ ਕਰ ਸਕੇ ਪਰ ਜੋ ਇੱਕ ਕਰਨਗੇ ਨਾ ਉੱਥੇ 36 ਸਵਾਲ ਇਹੋ ਜੇ ਨਿਕਲ ਆਉਣੇ ਆ ਜੀ ਬਹੁਤ سارے ਸਵਾਲ ਨਿਕਲ ਆਉਣੇ ਆ ਡੀਜੀਪੀ ਸੈਨੀ ਵਾਲਾ ਤੇ ਇਜ਼ਾਰ ਆलम ਵਾਲਾ ਬਥੇਰੇ ਨਿਕਲ ਆਉਣੇ ਸੋ ਇਸ ਕਰਕੇ ਉਹ ਇਸ ਗੱਲ ਨੂੰ ਛੇੜਦੇ ਨਹੀਂ ਅੱਛਾ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਸੀਗਾ ਇਸ ਮਾਮਲੇ 'ਚ ਤੁਹਾਨੂੰ ਪਤਾ ਹੈ ਕਿ ਬਾਬਾ ਕਾਲਾ ਸਿੰਘ ਵੀ ਸਾਹਮਣੇ ਆ ਗਿਆ ਹਾਂਜੀ ਜਿਹੜੇ ਸਭ ਤੋਂ ਵੱਡੇ ਗਵਾਹ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਮਾਨ ਸਰਕਾਰ ਕੀ ਸੋਚ ਰਹੀ ਆ ਮਾਨ ਸਰਕਾਰ ਕੋਲ ਇੱਕ ਮੌਕਾ ਸੀ ਕਿਉਂਕਿ ਤੁਹਾਨੂੰ ਪਤਾ ਨਾ ਕਿ ਖਾਸ ਤੌਰ ਤੇ ਖਾਲਸਾਤਨ ਪੱਖੀ ਲੋਕ ਜਿਹੜੇ ਆ ਉਨ੍ਹਾਂ ਚ ਜਾਂ ਕਹਿ ਲੋ ਕਿ ਕੁਝ ਹੋਰ ਲੋਕ ਵੀ ਉਨ੍ਹਾਂ ਚ ਮਤਲਬ ਮਾਨਸਬ ਦੀ ਜਿਹੜੀ ਛਵੀ ਆ ਨਾ ਕਿਤੇ ਨਾ ਕਿਤੇ ਥੋੜੀ ਐਂਟੀ ਸਿੱਖ ਵਾਲੀ ਜਿਹੜੀ ਆ ਨਾ ਉਹ ਬਣਦੀ ਆ ਜਾਂ ਪ੍ਰੋਜੈਕਟ ਵੀ ਕੀਤੀ ਜਾਂਦੀ ਆ ਜਾਂ ਮੰਨਦੇ ਵੀ ਆ ਜੀ ਅੱਛਾ ਤੁਹਾਡੇ ਕੋਲ ਇੱਕ ਮੌਕਾ ਸੀ ਤੁਸੀਂ ਕਹਿੰਦੇ ਕਿ ਹਾਂ ਬਈ ਨਿਆਂ ਦੀ ਲੜਾਈ ਚ ਆਪਾਂ ਨਾਲ ਖਲੋਤੇ ਆ ਜੀ ਅਸੀਂ ਕਿਸੇ ਨਾਲ ਨਿਆਂ ਨਹੀਂ ਕਰਨਾ ਪਰ ਦੋਸ਼ੀ ਨੂੰ ਨਹੀਂ ਛੱਡਾਂਗੇ ਜੀ ਤੁਸੀਂ ਉਦੋਂ ਹੀ ਜਦ ਇਹ ਤੁਹਾਡੇ ਕੋਲ ਸਾਰਾ ਕੁਝ ਰਿਕਾਰਡ ਚ ਪਿਆ ਜੀ ਤੁਹਾਡੇ ਕੋਲ ਬਹੁਤ ਸਾਰੇ ਗਵਾਹ ਜਿਹੜੇ ਇੱਥੇ ਇੰਟਰਵਿਊ ਦਿੰਦੇ ਫਿਰਦੇ ਸਾਰਿਆਂ ਨੂੰ ਬੁਲਾ ਕੇ ਸਟੇਟਮੈਂਟਾਂ ਨਵੇਂ ਸਿਰੇ ਤੋਂ ਦਰਜ ਕਰਾਓ ਪੁਰਾਣੀਆਂ ਉਹਨਾਂ ਦੀਆਂ ਕਢਾਓ ਜੀ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਅੱਛਾ ਬਾਬਾ ਕਾਲਾ ਸਿੰਘ ਜਿਹੜੀ ਗੱਲ ਕਹਿੰਦੇ ਕਿਉਂਕਿ ਆਪਾਂ ਉਦੋਂ ਵੀ ਦੱਸਿਆ ਸੀ ਕਿ ਨਾ ਜਦੋਂ ਇਹ ਰਿਪੋਰਟ ਆਪਾਂ ਪੜ੍ਹ ਕੇ ਸੁਣਾਈ ਸੀ ਐਂਸ਼ਾਂ ਦੇ ਵਿੱਚ ਕਿ ਬਾਬਾ ਕਾਲਾ ਸਿੰਘ ਨਾਨਕ ਸਰ ਅੱਛਾ ਹੋਇਆ ਕਿ ਕਿ ਗੁਰੂ ਘਰ ਦਾ ਕੋਈ ਸੰਗੀ ਜਿਹੜਾ ਸੀਗਾ ਨਾ ਉਸ ਵੇਲੇ ਜਥੇਦਾਰ ਕੌਂਕੇ ਦੇ ਹੱਕ 'ਚ ਪੁੱਜਦਾ ਉੱਥੇ ਉਦੋਂ ਹੁੰਦੇ ਸਨ ਸੰਤ ਬਾਬਾ ਨਰੈਣ ਸਿੰਘ ਠੀਕ ਹੈ ਜੀ ਉਹਨਾਂ ਨੇ ਡਿਊਟੀ ਲਈ ਆ ਬਾਬਾ ਕਾਲਾ ਸਿੰਘ ਦੀ ਕਿ ਤੁਸੀਂ ਜਾਓ ਤੇ ਜਾ ਕੇ ਉੱਥੇ ਥਾਣੇ 'ਚ ਮਿਲੋ ਜਾ ਕੇ ਜੀ ਜਥੇਦਾਰ ਸਾਹਿਬ ਨੂੰ ਜੀ ਸਭ ਨੂੰ ਮਿਲੋ ਜਾ ਕੇ ਇਹ ਕਹਿੰਦੇ ਆ ਕਿ ਉਸ ਵੇਲੇ ਜਿਹੜਾ ਇੱਕ ਸ਼ਿਵ ਕੁਮਾਰ ਨਾਮ ਦਾ ਅਫਸਰ ਸੀ ਤੇ ਇੱਕ ਗੁਰਦੀਪ ਐਸਐਚਓ ਸੀ ਜਿਹੜਾ ਜੀ ਉਹਨੇ ਸਾਨੂੰ ਗਾਹ ਕਲਾ ਦਿੱਤਾ ਮਤਲਬ ਕਿ ਮਲਾ ਦਿੱਤਾ ਜੀ ਕਿੰਦੇ ਵੀ ਹਵਾਲਾਤ ਦੇ ਕੋਲ ਗਿਆ ਆ ਮੈਂ ਜੀ ਕੋਲ ਗਿਆ ਤੇ ਡੇਢ ਕੁ ਮਿੰਟ ਮਤਲਬ ਕਿ ਵੇਖਿਆ ਜੀ ਵੀ ਲੱਤ ਟੁੱਟੀ ਹੋਈ ਸੀ ਸਰੀਰ ਨੀਲਾ ਤੇ ਕਾਲਾ ਹੋਇਆ ਪਿਆ ਸੀ ਜੀ ਸਿਰਫ ਅੱਖਾਂ ਹੀ ਚਮਕੀਆਂ ਜਾ ਰਹੀਆਂ ਸੀ ਜਿੱਥੋਂ ਪਤਾ ਲੱਗਦਾ ਸੀ ਵੀ ਜਿਉਂਦੇ ਆ ਜੀ ਪਰ ਹਾਲਤ ਉਹ ਕਹਿੰਦੇ ਅੱਜ ਵੀ ਮੇਰੀ ਰੂਹ ਕੰਬਦੀ ਉਸ ਹਾਲਤ ਨੂੰ ਚੇਤੇ ਕਰਕੇ ਡੇਢ ਮਿੰਟ ਹੋਇਆ ਸੀ ਜੀ ਇਸ ਤੋਂ ਪਹਿਲਾਂ ਕਿ ਕੁਝ ਹੋਰ ਕੋਈ ਗੱਲਬਾਤ ਹੁੰਦੀ ਜਾਂ ਕੁਝ ਐਸਾ ਵੈਸਾ ਜੀ ਕਹਿੰਦਾ ਕਿ ਉਸ ਵੇਲੇ ਸਵਰਨ ਕੋਟਣਾ ਆ ਗਿਆ ਉੱਥੇ ਉਹਨੇ ਤਬਈ ਅਸਮਾਨ ਚੁੱਕ ਲਿਆ ਸਿਰ ਤੇ ਗਾਲਾਂ ਕੱਢੀਆਂ ਉਹਨੀਆਂ ਇਹਨਾਂ ਨੂੰ ਗਾਂ ਵੜਨ ਕਿੰਨੇ ਦਿੱਤਾ ਜੀ ਤੇ ਤੁਹਾਨੂੰ ਪਤਾ ਵਿਚਾਰੇ ਜਿਹੜੇ ਸੰਤਰੀ ਹੁੰਦੇ ਉਹ ਤੇ ਇਹੋ ਜਿਹੇ ਅ fırsਰਾਂ ਤੋਂ ਹੀ ਕੰਮ ਜਾਂਦੇ ਆ ਛੋਟੇ ਅ fırsਰ ਜਿਹੜੇ ਹੁੰਦੇ ਆ ਮਤਲਬ ਕਿ ਉਹ ਕਹਿੰਦੇ ਕਿ ਡੇਢ ਮਿੰਟ ਮੈਂ ਜਿਸ ਹਾਲਤ ਚ ਵੇਖਿਆ ਕਿ ਜਥੇਦਾਰ ਕਿਉਂਕਿ ਖਲੋ ਵੀ ਨਹੀਂ ਸਕਦੇ ਸਨ ਬੈਠ ਵੀ ਨਹੀਂ ਸੀ ਸਕਦੇ ਤੇ ਫਿਰ ਭੱਜਣ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਤੁਹਾਡੇ ਕੋਲ ਐਡਾ ਵੱਡਾ ਗਵਾਹ ਇਸ ਟਾਈਮ ਜਿਉਂਦਾ ਜਾਗਦਾ ਬੈਠਾ ਉਮਰ ਖਾਸੀ ਹੋ ਗਈ ਬਾਬਾ ਕਾਲਾ ਸਿੰਘ ਦੀ ਕਿ ਭਾਈ ਕੁਝ ਵੀ ਹੁੰਦਾ ਇਥੇ ਆਟਲ ਸੱਚ ਹੈ ਨਾ ਕਿ ਹਰ ਇੱਕ ਪ੍ਰਾਣੀ ਨੇ ਜਾਣਾ ਇਥੋਂ ਭਾਈ ਤੁਸੀਂ FIR ਦਰਜ ਕਰਕੇ ਜਿੰਨੀਆਂ ਸਟੇਟਮੈਂਟਾਂ ਹੈਗੀਆਂ ਰਿਪੋਰਟ ਕਢੋ ਜਿਹੜੇ ਇਹ ਵਿਟਨੈਸ ਨੇ ਇਹਨਾਂ ਦੇ ਬਿਆਨ ਦਰਜ ਕਰੋ ਪਿੰਡ ਵਾਲਿਆਂ ਦੇ ਬਿਆਨ ਦਰਜ ਕਰੋ FIR ਕਿਡਨਾਪਿੰਗ ਦੀ ਬਣਦੀ ਆ ਸਭ ਤੋਂ ਪਹਿਲਾਂ FIR ਕਿਡਨਾਪਿੰਗ ਦੀ ਤੁਸੀਂ ਦਰਜ ਕਰਕੇ ਉਸ ਤੋਂ ਬਾਅਦ ਜਾਂਚ ਪੜਤਾਲ ਲੱਗੇ ਵਧਾਓ ਤਸਵੀਰਾਂ ਆਪਣੇ ਸਾਫ਼ ਹੋ ਜਾਣੀਆਂ ਜੀ ਤੁਸੀਂ ਕਿਉਂ ਨਹੀਂ ਕਰ ਇੱਕ ਵੱਡਾ ਪ੍ਰੈਸ਼ਣ ਹੈ ਜੀ 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 ਗੱਲ ਤੁਹਾਡੀ ਠੀਕ ਹੈ ਜੀ ਕਿਉਂਕਿ ਸਮਾਂ ਰਹਿੰਦੇ ਚੀਜ਼ ਹੋਣੀ ਲਾਜ਼ਮੀ ਹੈ ਤੇ ਹੁਣ ਸਮਾਂ ਵੀ ਹੈਗਾ ਸਰਕਾਰ ਕੋਲੇ ਜੀ ਜੀ ਤਾਂ ਇਸ ਦੇ ਨਾਲ ਇਧਰਲੇ ਪਾਸੇ ਤੋਂ ਮੈਂ ਕੋਈ ਮਿਲਰ ਬਈ ਸਮਾਂ ਖਾਸਾ ਲੱਗਾ ਰਜੀਵ ਜੀ ਕਹ ਰਿਹਾ ਕਿ ਨੇ ਕਿ ਭਾਈ ਲੱਗਦਾ ਸਰਕਾਰ ਵਾਲੇ ਨੇ ਰਿਪੋਰਟ ਵੀ ਲੀਕ ਕਰਵਾਈ ਹੈ ਕਹਿੰਦੇ ਕਿ ਭਾਈ ਜੇ ਲੀਕ ਕਰਵਾਈ ਤਾਂ ਹੁਣ ਉਹਦੇ ਉੱਤੇ ਕਾਰਵਾਈ ਵੀ ਕਰਨੀ ਚਾਹੀਦੀ ਹੈ ਸਰਕਾਰ ਦੀ ਚਲੋ ਠੀਕ ਹੈ ਚੰਗਾ ਕੀਤਾ ਉਹਨਾਂ ਨੇ ਮਾੜਾ ਤਾਂ ਨਹੀਂ ਆਪਾਂ ਕਵਾਂਗੇ ਜੀ ਜਿਵੇਂ ਹੁਣ ਇੱਕ ਸਜਣ ਨੇ ਦੱਸਿਆ ਕਿ ਉਹਨਾਂ ਨੂੰ ਇੱਥੋਂ ਪਤਾ ਲੱਗਿਆ ਤੇ ਹੋ ਸਕਦਾ ਸੀ ਉਹਨਾਂ ਨੂੰ ਵੀ ਨਾ ਪਤਾ ਲੱਗਦਾ ਜੀ ਤੇ ਜੇ ਰਿਪੋਰਟ ਲੀਕ ਹੋਈ ਆ ਘਟੂ ਘਟ ਪਤਾ ਤੇ ਲੱਗਿਆ ਨਿਆਂ ਦਾ ਕੋਈ ਮੋੜ ਤੇ ਬਚਾ ਜੀ ਜੇ ਹੁਣ ਤੁਸੀਂ ਲੀਕ ਕਰਵਾ ਲਈ ਆ ਚੰਗਾ ਕੀਤਾ ਤੇ ਗਾਂ ਵੀ ਟੁਰ ਪੋ ਜੀ ਠੀਕ ਹੈ ਨਾ ਤੁਸੀਂ ਕੋਈ ਐਫ ਆਈ ਆਰ ਤਾਂ ਦਰਜ ਕਰੋ ਨਾ ਘਟੂ ਘਟ ਕਿਟਨੈਪਿੰਗ ਦੀ ਜੀ ਕਿਉਂਕਿ ਕਿਤੇ ਕੋਈ ਦੂਰ ਆ ਇਹ ਤਾਂ ਹੈ ਨਹੀਂਗਾ ਕਿ ਤੁਹਾਨੂੰ ਵੀਜ਼ਾ ਲੈ ਕੇ ਉੱਥੇ ਜਾਣਾ ਪੈਣਾ ਜੀ ਉੱਥੇ ਚਲੇ ਜਾਓ ਉਹਨਾਂ ਦੇ ਵਿਹਾਰ ਤੇ ਚਾਹੇ ਉਹ ਕਰਦੇ ਆ ਚਾਹੇ ਉੱਥੇ ਪ੍ਰਤੱਖ ਦਰਸ਼ੀ ਨੇ ਜਿਹੜੇ ਉਹਨਾਂ ਦੇ ਬਿਹਾਵ ਤੇ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਜਦੋਂ ਦਰਜ ਹੋ ਜਾਏਗੀ ਤੇ ਆਪੇ ਪ੍ਰੋਸੀਜਰ ਜਿਹੜਾ ਚੱਲ ਪੈਂਦਾ ਜੀ ਹਾਂਜੀ ਜੀ 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 ਇੰਟਰਨੈਟ ਠੀਕ ਆ ਭਾਈ ਸਾਡੇ ਵਾਲੇ ਪਾਸੇ ਕੋਈ ਦਿੱਕਤ ਨਹੀਂ ਐ ਬਿਲਕੁਲ ਠੀਕ ਐ ਬਾਕੀ ਤੁਸੀਂ ਵੀ ਦੱਸ ਦਿਓ ਫੇਰ ਮੈਂ ਤੁਸੀਂ ਵੀ ਫੜਾ ਜਾਂ ਗਾਂ ਪਿਛਾਂ ਹੋ ਕੇ ਵੇਖੋ ਕਿਤੇ ਕੋਈ ਕਈ ਵਾਰੀ ਇਹ ਕਈ ਵਾਰੀ ਕਿਸੇ ਪਾਸੇ ਤੁਹਾਡੇ ਵਾਲੇ ਪਾਸੇ ਹਾਂ ਜਾਂ ਕੋਈ ਡਾਟਾ ਮੁੱਕ ਜਾਂਦਾ ਹੁਣ ਤਾਂ ਡਾਟਾ ਵੀ ਠਾ ਠਾ ਕਰਦਾ ਹੀ ਜਾਂਦਾ ਸਪੀਡ ਖਿੱਚੀ ਰੱਖਦਾ ਹਾਂ ਹਾਂਜੀ ਜਿੰਨੀ ਸਪੀਡ ਤੇਜ਼ ਆ ਉਨੇ ਸਪੀਡ ਨਾਲ ਹੀ ਮੁੱਕਦਾ ਵੀ ਮੁੱਕਦਾ ਵੀ ਆ ਜੀ 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 ਤਾਂ ਇਸ ਤੋਂ ਬਾਅਦ ਮਿੰਟ ਜੀ ਕਹਿੰਦੇ ਕਿ ਥਰਮਲ ਖਰੀਦ ਲਿਆ ਸੀ ਗੋਇੰਦਵਾਲ ਵਾਲੇ ਪਾਸੇ ਤੇ ਪਰ ਉਹਦੇਲੇ ਪਾਸੇ ਬਿਜਲੀ ਸਮਝੌਤੇ ਦੀ ਗੱਲ ਵੀ ਜਿਹੜਾ ਲਗਾਤਾਰ ਹੁੰਦੀ ਰਹੀ ਆ ਕਿ ਬਿਜਲੀ ਸਮਝੌਤੇ ਰੱਦ ਕਰੋ ਜੀ ਹੁਣ ਕਹਿੰਦੇ ਕਿ ਬਿਜਲੀ ਸਮਝੌਤੇ ਨੇ ਵੀ ਕਹਿੰਦੇ ਕਿ ਜਾਂਚ ਪੜਤਾਲ ਹੋਏਗੀ ਜੀ ਕਹਿੰਦੇ ਕਿ ਦੇਖੋ ਕੱਲ ਹਿੰਦੁਸਤਾਨ ਟਾਈਮਜ਼ ਨੇ ਸ਼ਾਪ ਦਿੱਤਾ ਸੀਗਾ ਜੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀਗਾ ਕਿ ਇਹ ਅਕਤੂਬਰ 23 ਤੋਂ ਹੀ ਤਿਆਰੀਆਂ 'ਚ ਸੀਗੇ ਅੱਛਾ ਜੀ ਇਹਨਾਂ ਨੇ ਵਿਜੀਲੈਂਸ ਨੂੰ ਜਾਂਚ ਪੜਤਾਲ ਦੇਣੀ ਆ ਤੇ ਜਾਂਚ ਪੜਤਾਲ ਜਿਹੜੀ ਆ ਜੀ ਉਹ ਦੇ ਦਿੱਤੀ ਆ ਤੇ ਹੁਣ ਜਿਹੜੇ ਪੀਪੀਏ ਆ ਯਾਨੀ ਪਾਵਰ ਪਰਚੇਸ ਐਗਰੀਮੈਂਟ ਜਿਹਨਾਂ ਨੂੰ ਆਪਾਂ ਕਹਿੰਦੇ ਆ ਤੇ ਜਿਹੜੇ ਉਹ ਪੀਪੀਏਸ ਹੋਏ ਆ ਉਹਨਾਂ ਸਾਰਿਆਂ ਨੂੰ ਲੱਗੇ ਕਿ ਛਾਨਣੀ ਕਿ ਭਾਈ ਕਿੱਥੇ ਕਿਸੇ ਨੇ ਕੀ ਕੀਤਾ ਆ ਉਹ ਸਾਰਾ ਕੁਝ ਨਤਾਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਮਾਮਲਾ ਅੱਗੇ ਟੁਰੇਗਾ ਜੀ ਇਹ ਤਾਂ ਕਹਾਣੀ ਇੱਥੋਂ ਤੱਕ ਹੀ ਆ ਜੀ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਆ ਆਪਾਂ ਵੀ ਬੜਾ ਰੌਲਾ ਸੁਣਿਆ ਕਿ ਭਾਈ ਨਿਜੀ ਧਰਮਲਾਂ ਦੇ ਵਿੱਚ ਐਨੇ ਦੀ ਕੋਈ 7 ਰੁਪਏ ਯੂਨਿਟ ਕਹੀ ਜਾਂਦਾ ਕੋਈ 17 18 ਤੱਕ ਵੀ ਕਹਿੰਦਾ ਕਿ ਫਿਕਸ ਚਾਰजेस ਜਿਗਣੀ ਐ ਤਾਂ ਇੱਥੋਂ ਤੱਕ ਸਿੱਧੂ ਸਾਹਿਬ ਕਹਿੰਦੇ ਆ ਕਿ ਲਾਈਫਟਾਈਮ ਤੱਕ ਜਿਹੜਾ ਫਿਕਸ ਚਾਰजेस ਦਾ ਉਹ ਤੇ ਸਾਨੂੰ ਪੈ ਜਾਣਾ 60 65 ਹਜ਼ਾਰ ਕਰੋੜ ਰੁਪਈਆ ਜੀ ਮਤਲਬ ਕੋ ਸਾਰਾ ਸ਼ੋਰ ਛੱਪਾ ਪਸ ਸੁਣਿਆ ਹੈ ਜੀ ਤੇ ਉਹਦੇ ਵਿੱਚ ਜਾਖੜ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਤੱਕ ਸਾਰਿਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਠੋਕ ਠੋਕ ਕੇ ਪਰ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਦੇ 'ਚ ਇੱਕ ਤੀਰ ਨਾਲ ਦੋ ਨਿਸ਼ਾਨੇ ਵੀ ਹੋ ਸਕਦੇ ਨੇ ਮਾਨ ਸਾਹਿਬ ਜੀ ਕਿਵੇਂ ਕਹਾਣੀ ਜਿਵੇਂ ਮੈਂ ਕਿਹਾ ਕਿ ਇਹ ਤੇ ਇੱਥੇ ਖਤਮ ਹੋ ਗਈ ਕਿ ਜਾਂਚ ਸ਼ੁਰੂ ਹੋ ਗਈ ਪਰ ਇਸ ਖਾਤਮੇ ਵਾਲੇ ਪੁਆਇੰਟ ਤੋਂ ਵੀ ਇੱਕ ਕਹਾਣੀ ਸ਼ੁਰੂ ਹੁੰਦੀ ਆ ਨਾ ਕਿ ਪੀਪੀਏ ਜਿਹੜੇ ਆ ਉਹ ਕੱਲੇ ਨਿੱਜੀ ਥਰਮਲਾਂ ਦੇ ਨਹੀਂ ਸੋਲਰ ਪਲਾਂਟਾਂ ਦੇ ਵੀ ਆ ਹਾਂਜੀ ਤੇ ਉਸ ਵੇਲੇ ਜਿਹੜਾ ਇਹ ਮੰਤਰਾਲਾ ਸੀ ਤੁਹਾਡੇ ਗਵਾਂਢ 'ਚ ਲੱਗਾ ਸੀਗਾ ਨਾ ਇੱਕ ਬਹੁਤ ਤਗੜਾ ਸੋਲਰ ਪਲਾਂਟ ਇੱਕ ਨਹੀਂ ਲੱਗੇ ਸਾਡੇ ਵਾਲੇ ਪਾਸੇ ਤਾਂ ਮਿਲਦਾ ਮੈਂ ਦੱਸ ਵੀ ਦੇਣਾ ਮੈਂ ਜਾਂਦਾ ਰਿਆ ਉੱਥੇ ਪ੍ਰੈਸ ਕਾਨਫਰੈਂਸਾਂ ਕਰਦੇ ਰਿਆ ਸੀ ਸਿੱਖਣਾ ਸਿੱਖਣਾ ਤੇ ਪਰਵਾਨਾ ਵਾਲਾ ਹਾਂਜੀ ਲੱਗੇ ਆ ਨਾ ਹਾਂ ਲੱਗੇ ਆ ਤੇ ਉਸ ਤੋਂ ਬਾਅਦ ਫਿਰ ਸਰਕਾਰ ਚਲੇਗੀ ਤੇ ਫਿਰ ਉਹ ਮਿਲਣਾ ਸ਼ਰ ਪਹਿਲਾਂ ਨਹੀਂ ਨਹੀਂ ਅਕਾਲੀ ਸਰਕਾਰ ਤੱਕ ਹੀ ਸੀਮਤ ਰੋ ਹਾਂਜੀ ਠੀਕ ਆ ਉਹ ਉੱਥੋਂ ਤੱਕ ਹੀ ਆਪਾਂ ਰਹਿ ਲੈਨੇ ਆ